ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰੀ ਫਿਰ ਤੋਂ। ਹੁਣ ਆਪਾਂ ਚੱਲੇ ਹਾਂ ਮਿਊਜ਼ੀਅਮ ਤੋਂ ਐਫਿਲ ਟਾਵਰ ਨੂੰ, ਤਾਂ ਆਪਾਂ ਬੱਸ ਲੈ ਲਈ ਆ, ਇੱਕ ਸਿਟੀ ਵਿਊ ਆ, ਅਤੇ ਆਪਾਂ ਚੱਲੇ ਹੁਣ ਐਫਿਲ ਟਾਵਰ ਨੂੰ। ਆਪਾਂ ਪਹੁੰਚ ਚੁੱਕੇ ਹੈਗੇ ਹਾਂ ਦੁਨੀਆ ਦੀ ਸਭ ਤੋਂ ਫੇਮਸ ਜਗ੍ਹਾ 'ਤੇ, ਜਿਹਦੇ ਲਈ ਪੈਰਿਸ ਲੋਕ ਆਉਂਦੇ ਆ। ਠੀਕ ਹੈ, ਦਿਖਾਉਂਦੇ ਹਾਂ ਤੁਹਾਨੂੰ ਵੀ, ਕਰਾਉਂਦੇ ਹਾਂ ਦਰਸ਼ਨ। ਇਹ ਆ ਜੀ ਐਫਿਲ ਟਾਵਰ। ਇਹ ਟਾਵਰ ਜੀ 324 ਮੀਟਰ ਉੱਚਾ, 324 ਮੀਟਰ, ਅਤੇ ਇਹ ਬਣਿਆ ਸੀਗਾ 1889 1899 ਦੇ ਵਿੱਚ। ਤਾਂ ਇਹ ਸਾਰਾ ਦਾ ਸਾਰਾ ਮੈਨ ਮੇਡ ਆ, ਯਾਨੀ ਕਿ ਲੋਹੇ ਨਾਲ ਸਟਰਕਚਰ ਬਣਿਆ ਹੋਇਆ। ਅਗਰ ਤੁਸੀਂ ਇਹ ਅਟਰੈਕਸ਼ਨਸ ਰਿਵਰ ਦੇ ਵਿੱਚੋਂ ਦੇਖਣੀਆਂ, ਤਾਂ ਉਹ ਸਾਹਮਣੇ ਜਗ੍ਹਾ ਜੋ ਕਾਊਂਟਰ ਆ, ਉੱਥੋਂ ਤੁਸੀਂ ਕਰੂਜ਼ ਵੀ ਟਿਕਟ ਲੈ ਸਕਦੇ ਹੋ, ਅਤੇ ਸਾਰੀਆਂ ਅਟਰੈਕਸ਼ਨਸ ਕਰੂਜ਼ ਦੇ ਵਿੱਚੋਂ ਦੇਖ ਸਕਦੇ ਹੋ। ਤਾਂ ਹੋਰ ਵੀ ਕਾਫੀ ਅਟਰੈਕਸ਼ਨਸ ਆ, ਕਰੂਜ਼ ਕਾਫੀ ਕਵਰ ਕਰਦਾ ਏਰੀਆ, ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ। ਜਿੱਦਾਂ ਜਿੱਦਾਂ ਕੋਲ ਜਾਂਦੇ ਜਾ ਰਹੇ ਹਾਂ ਆਪਾਂ, ਉਨਾ ਹੀ ਵੱਡਾ ਅਤੇ ਉਨਾ ਹੀ ਸਟਰੋਂਗ ਅਤੇ ਉਨਾ ਹੀ ਸੋਹਣਾ ਲੱਗਦਾ ਜਾ ਰਿਹਾ। ਹੁਣ ਆਪਾਂ ਸਿਕਿਉਰਿਟੀ ਚੈੱਕ ਇਨ ਕਰਕੇ ਅੰਦਰ ਆ ਚੁੱਕੇ ਹਾਂ, ਐਂਟਰੀ ਹੋ ਚੁੱਕੀ ਹੈ ਗਾਰਡਨ ਦੇ ਵਿੱਚ। ਨਾਓ ਆਈ ਕੈਨ ਸੀ ਦੈਟ ਹਾਓ ਬਿਗ ਐਂਡ ਸਟਰੋਂਗ ਦੀ ਸਟਰਕਚਰ ਇਜ਼। ਹੁਣ ਆਪਾਂ ਜਾ ਰਹੇ ਹਾਂ ਟਿਕਟ ਲੈਣ ਦੇ ਲਈ, ਉਹ ਸਾਹਮਣੇ ਕਾਊਂਟਰ ਆ, ਅਤੇ ਆਪਾਂ ਬਾਏ ਕਰਨੀ ਆ ਟਿਕਟ। ਅਡਲਟ ਟਿਕਟ ਹੈਗੀ ਆ 17 ਯੂਰੋ ਦੀ, ਸੈਕਿੰਡ ਫਲੋਰ ਦੀ,
अगर तुसी फर्स्ट फ्लोर ते जाना उपर टॉप ते तां उहदी आई थिंक 26 यूरो आ, बट वो रेनोवेशन चल रही है उहदे करके शायद क्लोज्ड आ। उत्थे उपर इनफॉर्मेशन आ रही आ जिद्दां तुसी आह देख रहे हो टॉप क्लोज्ड, तां आपां सैकेंड फ्लोर तक ही जा सकते हैं। तो ये अपर लैली टिकट 17 यूरो की पई आपां नूं, ते हुण आपां एंट्री कर रहे हैं। लिफ्ट जाऊगी उपर, थ्रू लिफ्ट आप सैकेंड फ्लोर तक जा सकते हैं। तो ये सिक्योरिटी चैकिंग फेर हो रहा, एयरपोर्ट जिनी चैकिंग होंगी आ, ईवन तक के थोड़े बैग और थोड़े जो भी गैजेट आ सब कुछ अलग करा के चैक करके देखते हैं, उस तो बाद थोड़ी एंट्री होनी है। ये लिफ्ट आ, लिफ्ट की वेट कर रहे हैं, उपर जानी है, सारे लिफ्ट की वेट कर रहे। तो लिफ्ट जाऊगी सैकेंड फ्लोर तक, वो आ चुकी है लिफ्ट, आप करते हैं एंट्री। काफ़ी जाने हैं लिफ्ट के बच्चे, बट आप टॉप फ्लोर नहीं देख सकते क्योंकि वो बंद आ, क्लोज किया हुआ, रेनोवेशन चल रही है। लेट्स सी सेकंड फ्लोर। सेकेंड फ्लोर भी कुछ उम्मीद तो ज़्यादा ही उच्चा, ये सिटी व्यू। ये आ उपर होर जरा, तो वो उपर हैगा टॉप फ्लोर जो कि बंद किया हुआ, नहीं तो उतो भी देख सकते हैं। ये आ सैकेंड साइड व्यू, वो फ्रंट तो सीगा, दूसरी साइड पर आए आप, तो इतों भी देख सकते हैं। तो हुण आपां तीसरी साइड और बैक साइड भी देखांगे।
ਇਹ ਬੈਕ ਸਾਈਡ ਸਿਟੀ ਦੀ, ਬਹੁਤ ਹੀ ਵਧੀਆ ਪਲੈਨਡ ਸਿਟੀ ਆ ਯਾਰ। ਜੋ ਸੋਚਿਆ ਦੇਖਿਆ ਪੜ੍ਹਿਆ ਸੀਗਾ ਜਾਂ ਐਫਿਲ ਟਾਵਰ ਦੇ ਉੱਪਰੋਂ ਦੇਖਣ ਦਾ ਮਜ਼ਾ ਅਲੱਗ ਆ, ਸੱਚੀ ਵਰਥ ਇਟ ਆ। ਇਹ ਆਪਣਾ ਲਾਸਟ ਵਿਊ, ਇਸ ਤੋਂ ਬਾਅਦ ਆਪਾਂ ਕਰ ਰਹੇ ਹਾਂ ਹੁਣ ਇੱਥੋਂ ਐਗਜ਼ਿਟ, ਨੀਚੇ ਜਾਵਾਂਗੇ ਲਿਫਟ ਰਾਹੀਂ, ਨੀਚੇ ਜਾ ਰਹੇ ਹਾਂ ਆਪਾਂ, ਲਿਫਟ ਲੈ ਲਈ ਵਾਪਿਸ, ਗਰਾਊਂਡ ਫਲੋਰ 'ਤੇ ਜਾ ਰਹੇ ਹਾਂ। ਸਟੇਅਰਸ ਵੀ ਯੂਜ ਕਰ ਸਕਦੇ ਹੋ ਤੁਸੀਂ ਅਗਰ ਤੁਸੀਂ ਕੈਪੇਬਲ ਹੋ। ਸਟੇਅਰਸ ਦੀ ਟਿਕਟ ਵੀ ਅਲੱਗ ਆ, ਘੱਟ ਆ 10 ਯੂਰੋ ਆਈ ਥਿੰਕ, ਜੇ ਤੁਸੀਂ ਚੜ੍ਹਨਾ ਔਰ ਉਤਰਨਾ ਦੋਨੋਂ ਆ। ਹੁਣ ਚੱਲੇ ਹਾਂ ਹੋਟਲ, ਇਹ ਆ ਗਈ ਬੱਸ ਆਪਣੀ 92। ਤਾਂ ਮਿਲਦੇ ਹਾਂ ਕੱਲ੍ਹ ਨੂੰ ਵੀਡੀਓ 'ਚ, ਕੁਛ ਵਿਊਸ ਆ ਸਿਟੀਜ਼ ਦੇ, ਹੋਟਲ ਜਾ ਰਹੇ ਹਾਂ ਆਪਾਂ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਕੱਲ੍ਹ ਜਾ ਰਹੇ ਹਾਂ ਆਪਾਂ ਕਿਸੇ ਹੋਰ ਸਿਟੀ, ਉਹ ਕਿਹੜੀ ਸਿਟੀ ਆਪਾਂ ਦੱਸਾਂਗੇ ਕੱਲ੍ਹ ਨੂੰ ਵੀਡੀਓ ਦੇ ਵਿੱਚ। ਥੈਂਕ ਯੂ, ਹੋਪ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਆ, ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਪੈਰਿਸ ਸਿਟੀ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਜੋ ਸੋਚ ਕੇ ਪਲੈਨ ਕਰਕੇ ਆਏ ਸੀਗੇ ਸਭ ਕੁਛ ਉਹ ਦੇਖਿਆ ਆਪਾਂ, ਕਾਫੀ ਚੀਜ਼ਾਂ ਰਿਕਾਰਡ ਵੀ ਨਹੀਂ ਕਰ ਸਕਿਆ ਮੈਂ, ਕਿਉਂਕਿ ਜ਼ਿਆਦਾਤਰ ਮੈਂ ਦੇਖ ਨਹੀਂ ਆਇਆ ਸੀਗਾ, ਕਿਉਂਕਿ ਜੋ ਚੀਜ਼ ਦੇਖ ਕੇ ਫੀਲ ਹੁੰਦੀ ਆ ਉਹ ਆਪਾਂ ਰਿਕਾਰਡ ਕਰਕੇ ਉੱਦਾਂ ਨਹੀਂ ਫੀਲ ਕਰ ਸਕਦੇ ਤੁਸੀਂ। ਥੈਂਕ ਯੂ।